ਜੈ ਭਾਰਤ। ਅੱਜ ਅਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ 'ਤੇ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਆਪਣੀ ਸਮੁੱਚੀ ਅੰਬੇਡਕਰ ਸੈਨਾ ਪੰਜਾਬ ਵੱਲੋਂ। ਔਰ ਬਾਬਾ ਸਾਹਿਬ ਅੰਬੇਡਕਰ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਵਿਸ਼ਾਲ ਜਿਹੜਾ ਖੂਨਦਾਨ ਕੈਂਪ ਜ਼ਿਲ੍ਹਾ ਭਲਾਈ ਦਫ਼ਤਰ ਲਾਡੋਵਾਲੀ ਰੋਡ ਜਲੰਧਰ ਵਿੱਚ ਲਗਾ ਰਹੇ ਹਾਂ। ਔਰ ਇਹ ਜਿਹੜੀ 8 ਦਸੰਬਰ ਨੂੰ ਅਸੀਂ ਇਹ ਕੈਂਪ ਜਿਹੜਾ ਲਾਉਣ ਜਾ ਰਹੇ ਹਾਂ। ਔਰ ਉਹਨਾਂ ਦੀ ਯਾਦ ਦੇ ਵਿੱਚ ਇਸ ਵਾਰ ਅਸੀਂ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਮਸ਼ੀਨਾਂ ਅਤੇ ਜਿਹੜੇ ਕੁਛ ਅੰਗਹੀਣਾਂ ਦੇ ਲਈ ਅਸੀਂ ਵੀਲਚੇਅਰਾਂ ਜਿਹੜੀਆਂ ਇਸ ਵਾਰ ਦੇ ਰਹੇ ਹਾਂ। ਔਰ ਅਸੀਂ ਇਸ ਕੈਂਪ ਦੇ ਵਿੱਚ ਸਾਰਿਆਂ ਨੂੰ ਜਿਹੜਾ ਪਹੁੰਚਣ ਦਾ ਸੱਦਾ ਦਿੰਦੇ ਹਾਂ, ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਤਾਂ ਜੋ ਜਿਹੜਾ ਖੂਨਦਾਨ ਮਹਾਂਦਾਨ ਜਿਹੜਾ ਕਿਹਾ ਜਾਂਦਾ ਹੈ ਵੀ ਆਪਾਂ ਖੂਨਦਾਨ ਕਰਕੇ ਕਿਸੇ ਜ਼ਰੂਰਤਮੰਦ ਦੀ ਆਪਾਂ ਮਦਦ ਕਰ ਸਕੀਏ। ਔਰ ਜਿਹੜੇ ਕੋਈ ਜ਼ਰੂਰਤਮੰਦ ਵਿਅਕਤੀ ਹੈਗੇ ਜਿਨ੍ਹਾਂ ਨੂੰ ਕੋਈ ਵੀਲਚੇਅਰ ਦੀ ਲੋੜ ਹੈ ਜਾਂ ਕੋਈ ਲੜਕੀਆਂ ਨੂੰ ਸਿਲਾਈ ਮਸ਼ੀਨ ਦੀ ਲੋੜ ਹੈ, ਉਸ ਕੈਂਪ ਦੇ ਵਿੱਚ ਆ ਕੇ ਆਪਣਾ ਨਾਂ ਲੈਣ। ਔਰ ਅੱਜ ਦੇ ਅਸੀਂ ਦਿਨ 'ਤੇ ਬਾਬਾ ਸਾਹਿਬ ਅੰਬੇਡਕਰ ਨੂੰ ਜਿਹੜੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੈ ਭੀਮ, ਜੈ ਭਾਰਤ।